ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਵਿੱਚ ਤੀਜੇ ਦਿਨ ਵੀ ਆਪਣੇ ਤੂਫਾਨੀ ਦੌਰੇ ਦੇ ਦੌਰਾਨ ਪੁੱਛੋ ਮੰਡੀ ਦੇ ਵਿੱਚ ਪਹੁੰਚੇ ਅਤੇ ਉੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਵਕੀਲਾਂ ਨੂੰ ਵੀ ਕੇਂਦਰੀ ਮੰਤਰੀ 50 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਬਿਲਡਿੰਗ ਬਣਾਉਣ ਦੇ ਲਈ ਹਰਸਿਮਰਤ ਕੌਰ ਬਾਦਲ ਨੇ ਇੱਕ ਤੀਜ ਪ੍ਰੋਗਰਾਮ ਦੇ ਵਿੱਚ ਪਿਛਲੇ ਦਿਨੀ ਕੁੜੀਆਂ ਅਤੇ ਮਹਿਲਾ ਅਫਸਰਾਂ ਦੇ ਨਾਲ ਗਿੱਧਾ ਵੀ ਪਾਇਆ। ਲਗਾਤਾਰ ਬੋਝ ਵੱਧਦਾ ਹੋਏ ਦੇਖਦੇ ਹੋਏ 1.5 ਲੱਖ ਨਵੇਂ ਮੋਟਰ ਦੇ ਕਨੈਕਸ਼ਨ, ਮੈਂ ਇਸ ਗੱਲ ਵੱਲ ਨਹੀਂ ਜਾਵਾਂਗੀ ਕੱਲੇ ਸਰ ਬਾਦਲ ਨੇ ਜਿਹੜਾ ਵੱਡਾ ਕੰਮ। ਉੱਥੇ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਖਾਸ ਆਦਮੀਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਆਮ ਆਦਮੀ ਪਾਰਟੀ ਤੋਂ ਕੋਈ ਵੀ ਖਤਰਾ ਨਹੀਂ ਹੈ। ਇਹ ਆਮ ਆਦਮੀ ਪਾਰਟੀ ਦੇ ਖਾਸ ਪਾਰਟੀਆਂ ਦੀ ਖਾਸ ਆਦਮੀਆਂ ਦੀ ਪਾਰਟੀ ਹੈਗੀ, ਇਹਨਾਂ ਦਾ ਜਿਹੜਾ ਕੈਂਡੀਡੇਟ ਅਨਾਊਂਸ ਕੀਤਾ ਗਿਆ ਇੱਕ ਤੋਂ ਇੱਕ ਖਾਸ ਨੇ, ਦੂਸਰੇ ਉਹ ਪਾਰਟੀ ਬਾਅਦ ਜਿਹੜੇ ਆਪ ਆਪਣੇ ਹਲਕਿਆਂ 'ਚ ਆਪਣੇ ਇਲਾਕੇ 'ਚ ਆਪਣੀ ਕ੍ਰੈਡੀਬਿਲਿਟੀ ਲੂਜ਼ ਕਰ ਗਏ ਨੇ। ਅੱਜ ਦੂਜੀ ਪਾਰਟੀਆਂ ਨੂੰ ਜੁਆਇਨ ਕਰਕੇ ਉਹ ਸਮਝਦੇ ਨੇ ਕਿ ਉਹ ਕੁਛ ਆਪਣਾ ਕਿਸਮਤ ਬਦਲ ਸਕਦੇ ਨੇ। ਸਾਨੂੰ ਕੋਈ ਖਤਰਾ ਹੈ ਹੀ ਨਹੀਂ, ਖਤਰਾ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਨੇ ਕੱਖ ਕੀਤਾ ਨਹੀਂ। ਹਰ ਮਹੀਨੇ ਹਰ ਹਫ਼ਤੇ ਅਸੀਂ ਫਿਰਦੇ ਹਾਂ, ਬਾਦਲ ਸਾਹਿਬ ਨੂੰ 60 ਸਾਲ ਹੋ ਗਏ, ਮੈਨੂੰ ਇਸ ਇਲਾਕੇ ਦੀ ਸੇਵਾ ਕਰਦੇ 7 ਸਾਲ